ਇੱਕ ਮਿੰਟ ਸਾਰਿਆਂ ਨੂੰ ਲੈ ਲਾ ਯਾਰ, ਹਾਂ ਸਾਰੇ ਮੇਰੇ ਫਰੈਂਡਸ ਫੋਟੋਗ੍ਰਾਫਰ ਨੇ ਜੋ ਕਿ ਹਾਂ ਬਾਈ ਜੀ ਕਿੱਥੋਂ ਆਪਾਂ ਫਿਲੀ ਮੰਗਾ ਦੋ ਬਾਈ, ਪੈਸੇ ਲੈਣੇ ਆਪਾਂ ਯਾਰ 40000 ਰੁਪਏ। ਕਦੋਂ ਆਏ ਸੀ ਜੀ ਤੁਸੀਂ ਬਾਈ ਜੀ? ਕੱਲ ਆਏ 13 ਤਰੀਕ ਨੂੰ ਚੜੇ ਉੱਥੋਂ। ਔਰ ਤੁਹਾਨੂੰ ਕਿੰਨੇ ਦਿਨਾਂ ਦਾ ਕਹਿ ਕੇ ਲਿਆਂਦਾ ਗਿਆ? ਸਾਨੂੰ ਕਹਿ ਕੇ ਲਿਆਂਦਾ ਬਾਈ ਜੀ, 1 ਤਰੀਕ ਤੇ 1 ਮਈ ਤਾਈ ਲਗਾਤਾਰ ਫੰਕਸ਼ਨ ਹੈ। ਕਿੰਨੇ? 10000 ਰੁਪਿਆ, 10000 ਰੁਪਏ ਇੱਕ ਫੰਕਸ਼ਨ ਦਾ ਦਵਾਂਗੇ। ਅੱਛਾ ਜੀ, ਠੀਕ ਹੈ। ਇੱਥੇ ਆ ਕੇ ਆਂਦੇ ਵੀ 2 ਫੰਕਸ਼ਨ ਹੈ, ਠੀਕ ਹੈ ਜੀ। ਠੀਕ ਹੈ, ਹੁਣ ਪੈਸਾ ਤਾਂ ਮੁੱਕਰਦੇ ਆ, ਫੰਕਸ਼ਨਾਂ ਦਾ ਤਾਂ ਮੁੱਕਰਦੇ। ਨਹੀਂ ਜੀ, ਤੁਹਾਨੂੰ ਹੁਣ ਫੰਕਸ਼ਨ ਅੱਜ ਤੁਸੀਂ ਪਹੁੰਚੇ ਹੋ, ਅੱਜ ਤੋਂ ਕਿੰਨੇ ਦਿਨਾਂ ਦੀ ਬੈਟਿੰਗ ਰੱਖ ਰਹੇ ਹੋ ਤੁਹਾਨੂੰ ਅੱਗੇ ਦੀ ਫੰਕਸ਼ਨ ਦੇਣ ਵਾਸਤੇ? ਸਾਨੂੰ 8 ਦਿਨਾਂ ਦੀ ਬੈਟਿੰਗ ਦੇ ਰੱਖੇ। ਅੱਛਾ ਜੀ, 8 ਦਿਨ ਤੱਕ ਤੁਸੀਂ ਫ੍ਰੀ ਹੋ? ਖਾਣਾ ਖਾਣਾ ਹੈ ਇੱਥੇ, ਖਾਣਾ ਵੀ ਨਹੀਂ ਪਹੁੰਚਿਆ। ਪਿੱਛੇ ਦੀਆਂ ਬੁਕਿੰਗਾਂ ਵੀ ਤੁਸੀਂ ਕੈਨਸਲ ਕਰਕੇ ਹੋਰ ਬੰਦਿਆਂ ਨੂੰ ਛੱਡ ਕੇ ਆਏ ਹੋ? ਬਾਈ ਜੀ, ਇੱਥੇ ਖਾਣਾ ਮੰਗਾਇਆ ਸੀ, ਖਾਣਾ ਵੀ ਨਹੀਂ ਮਿਲਿਆ ਪੂਰਾ ਜੀ। ਠੀਕ ਹੈ ਜੀ, ਇਹ ਮੇਰੇ ਆਲ ਫਰੈਂਡਸ ਜੋ ਫੋਟੋਗ੍ਰਾਫਰ ਨੇ, ਔਰ ਜੋ ਪਿੱਛੇ ਦੀਆਂ ਬੁਕਿੰਗਾਂ ਛੱਡ ਕੇ ਜਾਲੌਰ ਜ਼ਿਲ੍ਹੇ ਦੇ ਵਿੱਚ 800 ਕਿਲੋਮੀਟਰ ਤੋਂ। ਸਤਿ ਸ਼੍ਰੀ ਅਕਾਲ, ਅਸੀਂ ਡੱਬਾਲੀ ਤੋਂ ਆਏ, 4 ਮੁੰਡੇ ਆਏ ਸੀਗੇ ਅਸੀਂ। ਅੱਛਾ ਜੀ, 4 ਮੁੰਡੇ ਕਿ 38 ਜਣੇ ਆਏ ਸੀ, ਸਾਰੇ ਭਰਾ ਇਕੱਠੇ ਹੋ ਕੇ। ਅੱਛਾ, ਟੋਟਲ ਟੀਮ ਜੀ 38 ਜਣੇ ਤੁਹਾਡੀ? 38 ਜਣੇ ਜਮਾ ਜੀ। ਠੀਕ ਹੈ ਜੀ, ਅਸੀਂ ਉੱਥੇ ਕਿਰਾਇਆ ਪੱਟ ਕੇ ਆਏ ਜੀ, ਸਾਰਾ ਆਪਦਾ। ਠੀਕ ਹੈ ਜੀ, ਕਿੰਨੇ ਕੁ ਦਿੱਤਾ? ਅਸੀਂ ਗੱਡੀ ਦੇ ਵਿੱਚ ਫੋਨ ਲਾਇਆ ਬੰਦੇ ਕਿਸੇ, ਜਿਹੜਾ ਮੇਨ ਬੰਦਾ ਸੀ, ਉਹਨੂੰ ਫੋਨ ਲਾ ਕੇ ਪੁੱਛਿਆ, ਕਹਿੰਦਾ ਵੀ ਰੋਟੀ ਬਣ ਸੇਵਾ ਬਾਈ, ਓਕੇ ਜਮਾ। ਅਸੀਂ ਕਿਹਾ ਵੀ ਦੱਸ ਦੋ ਜੇ ਰੋਟੀ ਬਣ ਬਣਿਆ ਪਿਆ ਤਾਂ ਦੱਸੋ, ਜੇ ਨਹੀਂ ਬਣਿਆ ਤਾਂ ਦੱਸੋ। ਠੀਕ ਹੈ ਵੀ ਬਣਿਆ ਪਿਆ, ਜੇ ਮੈਂ ਨਹੀਂ ਬਣਿਆ ਪਿਆ ਅਸੀਂ ਫੋਟੋ ਦਿਖਾਉਣਾਂਗੇ। ਠੀਕ ਹੈ ਬਾਈ, ਬਣਿਆ ਪਿਆ। ਮੈਂ ਚੱਲ ਠੀਕ ਆ ਬਾਈ, ਠੀਕ ਹੈ ਫਰੈਂਡਸ। ਇੱਥੇ ਆਏ ਅਸੀਂ ਬਾਈ ਜਦੋਂ, ਅਸੀਂ ਨਹਾਤੇ ਆਏ, 2 ਵਜੇ ਪਹੁੰਚੇ ਅਸੀਂ ਇੱਥੇ। ਠੀਕ ਆ, ਨਹਾਤੇ ਆ, ਨਹਾਤੇ ਗਏ ਜਦੋਂ ਸਾਨੂੰ ਮਿਲਿਆ ਖਾਣਾ, ਖਾਣਾ ਵੀਰੇ ਸਹੀ ਮਿਲਿਆ 5 ਵਜੇ। ਕਿੰਨੇ ਬੰਦੇ ਮਿਲ ਗਏ? 18। ਠੀਕ ਹੈ ਵੀਰੇ, 38 ਬੰਦੇ ਆ, 18 ਮਿਲ ਗਏ, 18 ਜਾਲੌਰ ਜ਼ਿਲ੍ਹੇ ਦੇ ਵਿੱਚ ਜਮਾ ਬਾਈ, ਕੋਈ ਸ਼ੱਕ ਹੀ ਨਹੀਂ ਵੀਰੇ। ਰਹਿ ਗਏ ਦੂਜੀ ਗੱਲ, ਤੂੰ ਇਹ ਦੇਖ ਲਓ 18 ਰੋਟੀਆਂ ਤੇ 38 ਬੰਦੇ ਨੂੰ ਕਿਵੇਂ ਕਿਵੇਂ ਦੇਵਾਂਗਾ ਹੁਣ? ਬੁਰਕੀ ਬੁਰਕੀ ਵੀ ਨਹੀਂ ਆਈ ਬਾਈ। ਠੀਕ ਹੈ ਫਰੈਂਡਸ, ਔਰ ਤੁਹਾਨੂੰ 10000 ਰੁਪਏ ਦੇ 1 ਮੈਰਿਜ ਤੇ ਲਿਆਂਦਾ ਗਿਆ, ਜੋ ਕਿ ਤੁਹਾਨੂੰ 10 ਮੈਰਿਜਾਂ ਦੇਣੀਆਂ ਸੀ। ਹਾਂਜੀ, ਔਰ 4 ਦਿਨਾਂ ਦੀ ਬੈਟਿੰਗ ਰੱਖ ਰਹੇ ਆ, ਅੱਗੇ ਤੁਹਾਨੂੰ 8 ਦਿਨਾਂ ਦੀ ਬੈਟਿੰਗ ਦੇਣੀ ਹੈ, ਜਿਹਦੇ ਵਿੱਚ 2 ਮੈਰਿਜਾਂ ਦੇਣੀਆਂ ਸੀ ਜੀ। ਅਸੀਂ 13 ਤਰੀਕ ਨੂੰ ਪਹੁੰਚੇ ਇੱਥੇ ਤੇ ਸਾਨੂੰ ਹੁਣ ਕਹਿੰਦੇ ਵੀ 2 ਦਿਨਾਂ ਦਾ ਬੱਲਾ ਕਿ ਬੈਠੋ ਆਰਾਮ ਨਾਲ, ਫਿਰ 2 ਫੰਕਸ਼ਨ ਤੁਹਾਡੇ ਕੋਲੇ, 6 ਦਿਨਾਂ ਦਾ ਕੰਮ ਆ, 25 ਦਿਨਾਂ ਤਾਂ ਉਹਨਾਂ ਨੂੰ 6 ਦਿਨ ਕੱਢ ਦੋ, ਬਾਕੀ ਬੰਦੇ ਕੀ ਕੰਮ ਕਰਨਗੇ ਜਿਹੜੇ ਇੱਥੇ ਬੈਠੇ ਹੈਗੇ। 38 ਵਜੇ ਮੇਰੇ ਫਰੈਂਡਸ ਜੀ, ਲੇਬਰ ਫੋਟੋਗ੍ਰਾਫਰ ਜੋ ਕਿ ਸਾਰੇ ਫੋਟੋਗ੍ਰਾਫਰ ਹੀ ਇੱਥੇ, 40 ਬੰਦਿਆਂ ਦੀ ਟੀਮ ਆ, ਪੰਜਾਬ ਦੇ ਵਿੱਚੋਂ ਚੱਲ ਕੇ ਜਾਲੌਰ ਜ਼ਿਲ੍ਹੇ ਦੇ ਵਿੱਚ ਬੜੇ ਪਰੇਸ਼ਾਨੀ ਨਾਲ ਬੈਠੇ ਨੇ, ਕਿਸੇ ਕੋਲੇ ਕੋਈ ਬੁਕਿੰਗ ਨਹੀਂ। ਸਾਰੇ ਮੇਰੇ ਫਰੈਂਡਸ ਬੜੇ ਉਦਾਸੀ ਨਾਲ ਬੈਠੇ ਨੇ, ਔਰ ਇਹਨਾਂ ਦਾ ਜੋ ਪਾਰਸਲ, ਜੋ ਵੀ ਕੈਮਰਾ ਵਗੈਰਾ, ਜੋ ਵੀ ਕਿਰਾਏ 'ਤੇ ਲੈ ਕੇ ਆਏ ਆ, ਸਾਰਾ ਇਹਨਾਂ ਦਾ ਜੀ ਸਾਈਡ 'ਤੇ ਪਿਆ। ਰਾਤ ਦੇ 10 ਵਜੇ ਦਾ ਟਾਈਮ ਹੈ, ਜੋ ਕਿ ਹੁਣ ਕੋਈ ਸਫ਼ਰ ਵਾਸਤੇ ਕੋਈ ਬੱਸ ਵੀ ਨਹੀਂ ਹੈ। ਜਾਲੌਰ ਜ਼ਿਲ੍ਹੇ ਦੇ ਵਿੱਚ ਜੀ ਸੁਨੰਦਾ ਡਿਜੀਟਲ ਫੋਟੋਗ੍ਰਾਫਰ, ਮੇਰੇ ਸਾਰੇ ਫੋਟੋਗ੍ਰਾਫਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਕਿਤੇ ਵੀ ਆਊਟਡੋਰ ਕੰਮ ਦੇ ਵਿੱਚ ਜਾਣ, ਥੋੜ੍ਹਾ ਜਿਹਾ ਧਿਆਨ ਕਰਕੇ ਜਾਣਾ ਚਾਹੀਦਾ ਹੈ। ਐਗਰੀਮੈਂਟ, ਐਡਵਾਂਸ ਪੇਮੈਂਟ ਹੋਣੀ ਚਾਹੀਦੀ ਹੈ, ਜੋ ਕਿ 10-10 ਬੁਕਿੰਗਾਂ ਦਾ ਕਹਿ ਕੇ ਅੱਜ ਇਹਨਾਂ ਨੂੰ 2 ਬੁਕਿੰਗਾਂ ਵੀ ਨਹੀਂ ਮਿਲਦੀਆਂ, ਜਿਹਦੇ ਵਿੱਚ ਬੈਟਿੰਗ ਰੱਖੀ ਜਾਂਦੀ ਹੈ 10-10 ਦਿਨਾਂ ਦੀ। ਰਿਕੁਐਸਟ ਆ, ਅਸੀਂ ਹੁਣ ਜਾਈਏ ਕਿੱਥੇ ਰਾਤ ਨੂੰ? ਅਸੀਂ ਕੋਈ ਨਾ ਤਾਂ ਰਸਤਾ ਜਾਣਦੇ ਆ, ਰੇਲਵੇ ਸਟੇਸ਼ਨ ਹੈ ਤੋਂ 20-22 ਕਿਲੋਮੀਟਰ ਦੂਰ ਦੱਸਦੇ ਆ, ਸਾਡੇ ਕੋਲ ਕੋਈ ਪਿਕਅਪ ਵਗੈਰਾ ਵੀ ਨਹੀਂ ਦੱਸੋ ਨਾ, ਬਿਲਕੁਲ ਰੋਡ ਦੇ ਉੱਤੇ ਖੜੇ ਆ ਸਾਰੇ ਜਣੇ। ਦੇਖੋ ਫੋਟੋਗ੍ਰਾਫਰ ਜਿਹੜੇ ਸਾਡੇ ਬੁੱਕ ਕੀਤਾ ਸੀ, ਉਹ ਤਾਂ ਇੱਥੇ ਹੈ ਨੀਗਾ, ਦੁਕਾਨ ਉਹਨੇ ਖੁੱਲੀ ਛੱਡ ਰੱਖੀ ਹੈ, ਉਹ ਤਾਂ ਉੱਥੋਂ ਫਰਾਰ ਹੋ ਗਿਆ। ਲੇਕਿਨ ਅਸੀਂ ਸਾਰੇ ਜਣੇ, ਦੇਖੋ ਕੈਮਰੇ ਸਾਡੇ, ਅਣਜਾਣ ਇਲਾਕਾ ਸਾਡੇ ਕੋਲੇ, ਸਾਰੇ ਜਣੇ ਬੈਗ ਰੱਖੀ ਬੈਠੇ, ਕਿੱਥੇ ਜਾਈਏ? ਕੋਈ ਰਸਤਾ ਨਹੀਂ ਹੈ, ਔਰ ਕੋਈ ਬੱਸ ਦਾ ਸਾਧਨ ਨਹੀਂ ਹੈ, ਬੜੀ ਪਰੇਸ਼ਾਨੀ ਨਾਲ ਕਿਸੇ ਦਾ ਖਾਣਾ ਖਾਧਾ ਹੈ, ਕੋਈ ਹੋਟਲ ਦੀ ਵੇਟਿੰਗ 'ਚ ਹੈ,
ਪਰ ਹੋਟਲ ਦੇ ਪਹੁੰਚਣ ਵਾਸਤੇ ਵੀ ਕੋਈ ਵਿਵਸਥਾ ਹੈ ਨਹੀਂ ਗੀ। ਇਹ ਸਮਾਨ ਪਿਆ ਜੀ ਫੋਟੋਗ੍ਰਾਫਰ ਦਾ, ਆ ਵੀਰ ਜੀ ਮੇਰੇ ਫੋਟੋਗ੍ਰਾਫਰ ਸਟਾਫ ਨੇ। ਹਾਂ ਬਾਈ ਜੀ ਤੁਸੀਂ ਕਿਹਦੇ ਨਾਲ ਆਏ ਹੋ? ਅਸੀਂ ਤਾਂ ਵੀਰੇ ਆਏ ਤਾਂ ਆਪ ਹੀ ਆ। ਅੱਛਾ ਕੋਈ ਤਾਂ ਤੁਹਾਨੂੰ ਲੈ ਕੇ ਆਇਆ ਨਾ ਵੀਰ? ਲੈ ਕੇ ਤਾਂ ਕਿਸੇ ਨਹੀਂ ਆਇਆ ਵੀਰੇ, ਅਸੀਂ ਖੁਦ ਸਾਡੀ ਮਾੜੀ ਮੋਟੀ ਸੈਟਿੰਗ ਸੀਗੀ। ਕਿਹਦੇ ਨਾਲ ਸੀਗੀ? ਰਾਜੇ ਨਾਲ। ਅੱਛਾ ਜੀ ਰਾਜੇ ਨੇ ਕਿੰਨੇ ਬੁਕਿੰਗਾਂ ਦਾ ਕਿਹਾ ਸੀਗਾ? ਰਾਜੇ ਨੇ ਵੀਰੇ 17, 18, 19, 20 ਟੋਟਲ ਕਿੰਨੇ ਬੁਕਿੰਗਾਂ ਦਾ ਕਿਹਾ ਸੀ? ਟੋਟਲ ਉਹਨਾਂ ਨੇ ਮੈਨੂੰ ਤਾਂ ਦੱਸਿਆ ਸੀ ਦੋ ਬੁਕਿੰਗ ਦਾ। ਦੋ ਬੁਕਿੰਗ ਦਾ ਸਾਨੂੰ ਕੀ ਕਹਿ ਕੇ ਲੈ ਗਿਆ? ਸਾਨੂੰ ਤੁਹਾਨੂੰ ਪਤਾ ਪਤਾ ਹੋ ਜਾਂਦਾ। ਰੋਟੀ ਨੀ ਖਾਈ ਜਾਂਦੀ ਯਾਰ। ਠੀਕ ਹੈ ਜੀ, ਮੈਂ ਤਾਂ ਖਾ ਦੇਣਾ ਵੀਰੇ ਫੋਟੋ ਦਾ। ਸਾਡਾ ਫੋਟੋਗ੍ਰਾਫਰ ਸਟਾਫ ਬਹੁਤ ਪਰੇਸ਼ਾਨ ਨੇ ਵੀਰੇ, ਰੋਟੀ ਨੀ ਖਾਈ ਜਾਂਦੀ। ਦੇਖੋ ਜੀ ਫੈਮਿਲੀ ਨੂੰ ਛੱਡ ਕੇ ਜੋ ਪਹੁੰਚੇ ਨੇ,